ਕਿ ਜੀ ਟੀਮ ਹੋ ਗਏ ਹਨ ਤੇ ਕਿਸੇ ਕੋਲ ਧਾਰ ਲਾਇਆ ਲੈਣ ਕਿਸੇ ਫਿਰ ਪਿੱਛੋਂ ਕਮਾ ਕੇ ਤੇ ਫਿਰ ਦੇ ਦੇਣਾ ਬੱਚਿਆਂ ਨੂੰ ਵੀਰ ਮੈਨੂੰ ਇਹ ਰੋਣਾ ਆਦਾ ਗੱਲਾਂ ਕਰ ਤੇ ਜਿੰਨੇ ਮੈਂ ਪਾਲੇ ਨਾ ਤੇ ਬੱਚੇ ਮੈਨੂੰ ਪਤਾ ਧਾਰ ਲਾਇਆ ਹਜ ਧਾਰ ਲਾਇ ਲੈਣ ਮੀਨ ਨੂੰ ਕਮਾ ਕੇ ਤੇ ਦੇ ਦੇ ਦਿੱਤੇ ਸਾਰੀ ਉਮਰ ਦਿਹਾੜੀਆਂ ਮਿਹਨਤਾਂ ਕਰਕੇ ਮੈਂ ਇਹ ਬਲਾਦ ਬਿਲੇ ਲਾਈ ਆ ਠੀਕ ਹੈ ਅੱਛਾ Imran Khan ਨੂੰ ਕੀ ਕਹਿਣਾ ਚਾਹੋਗੇ Imran Khan ਨੂੰ ਅਸੀਂ ਕੀ ਆਖਣਾ ਹੈ ਇਹ ਨਹੀਂ ਮਹਿੰਗਾਈ ਕਰ ਦਿੱਤੀ ਹੈਗੀ ਤੁਹਾਡੀ ਮਹਿੰਗਾਈ ਕਰ ਦਿੱਤੀ ਹੋ ਇਹ ਨਹੀਂ ਮਹਿੰਗਾਈ ਕਰਦੇ ਤੇ ਗਰੀਬਾਂ ਦਾ ਕੋਈ ਸੋਚ ਗਰੀਬ ਛਾਪਰਾ ਚ ਲੈ ਕੇ ਆਟਾ ਤੇ ਛੜਕਾਂ ਤੇ ਬਾਲਾਂ ਲੈ ਕੇ ਅਮਾ ਜੀ ਇਸਲਾਬਾ ਹੋਰ ਕੁਝ ਕਹਿਣਾ ਚਾਹੋਗੇ ਜਿਹੜੀ ਔਰਤਾਂ ਤੁਹਾਨੂੰ ਦੇਖ ਰਹੀ ਨੇ ਇਸ ਉਮਰ ਚ ਵਡੀਰੀਆਂ ਔਰਤਾਂ ਹੈ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਹਿੰਮਤ ਨਹੀਂ ਹਾਰਨੀ ਜਾਂ ਇਸ ਤਰ੍ਹਾਂ ਦਾ ਕੁਝ ਪੇਗਾਮ ਦੇਣਾ ਚਾਹੋਗੇ ਨਹੀਂ ਨਹੀਂ ਹਿੰਮਤ ਨਹੀਂ ਹਾਰਨੀ ਮੈਂ ਆਣੀ ਮੇਰਾ ਕੋਈ ਮੈਨੂੰ ਆਣਾ ਗਾ ਗੱਲ ਬਣੀ ਨਹੀਂ ਕਿੰਨੀ ਹਮ ਗੱਲਾਂ ਹਨ ਮੈਂ ਕਰ ਦਿੱਤੀ ਮੈਂ ਝੂਠ ਨਹੀਂ ਬੋਲਣਾਗਾ ਨਹੀਂ ਨਹੀਂ

बेबसी लाचारी और इम्तिहान जैसे कुछ यूं नक्श छोड़े जो बहुत से सवालों को जन्म दे रही हैं इकबाल का क्या खूब कौल है कि इंसान की रूह की असल कैफियत गम है खुशी एक आर्जी शह है इतनी उम्र गुजरने के बावजूद ये काम कर रही हैं बच्चे छोटे थे की वफात हो गई अहल खाना की अदम तो ना होने की सूरत में बच्चों की कफालत और घर की जिम्मेदारी इनके कंधों का बोझ बन गई सारी जिंदगी इन्होंने इसी तरह मेहनत मशक्क़त करके अपनी बच्चों की तलीम और तरबियत की हाड़ जैसी गर्मी और शदीद धुंध जैसी सर्दियों में इसी तरह नर्सरी और खेतों में जाकर रोज़गार कमाया है और अपनी बच्चों की शादियां भी की आज वो अपने घरों में हंसी खुशी ज़िंदगी बसर कर रहे हैं मगर ये खातून भी इस उम्र में रोज़गार कमा रही हैं आइए आपसे मिलवाते हैं उनसे और जानने की कोशिश करते हैं कि इतनी उम्र गुजरने के बावजूद भी ये काम क्यों कर रही हैं ਸਤਿ ਸ੍ਰੀ ਅਕਾਲ ਮਾਜੀ ਵਾਲੇਕੁਮ ਸਲਾਮ ਅੱਛਾ ਮਾਜੀ ਸਭ ਤੋਂ ਪਹਿਲੇ ਦੱਸੋ ਤੁਸੀਂ ਇਸ ਉਮਰ ਵਿੱਚ ਨਰਸਰੀਆਂ ਦੇ ਖੇਤਾਂ ਚ ਆ ਕੇ ਕੰਮ ਕਰ ਰਹੇ ਹੋ ਵੀ ਅਸੀਂ ਕਿਹੜੀ ਮਜਬੂਰੀ ਹੈ ਵੇ ਕਿ ਤੁਹਾਨੂੰ ਇਸ ਉਮਰ ਵਿੱਚ ਕੰਮ ਕਰਨਾ ਪੈਂਦਾ ਪੇ ਬਾਹਰ ਆ ਕੇ ਪੁੱਤਰ ਗਰੀਬੀ ਬਹੁਤ ਹੈ ਥਾਂ ਨਹੀਂ ਹੈਗੀ ਤੇ ਆਦਾਕਾਰ ਕੇ ਕਿਰਾਇਆ ਕਰੋਆ ਦੇ ਵੀ ਦਾ ਅੱਛਾ ਤੇ ਤੁਹਾਡੇ ਖਾਵੰਦ ਵਗੈਰਾ ਨਹੀਂ ਹੈ ਨੇ ਨਹੀਂ ਮਰ ਆਇਆ ਹੈ ਉਹਨਾਂ ਨੂੰ ਕੀ ਹੋਇਆ ਉਹਨੂੰ ਸ਼ੁਕਰ ਹੋ ਗਈ ਸੀ ਅੱਛਾ ਸ਼ੁਕਰ ਹੋ ਗਈ ਸੋ ਫੌਤ ਹੋ ਗਿਆ ਉਹਦੇ ਪਿੱਛੇ ਨਿਕਲ ਕੇ ਬੱਚੀਆਂ ਹਨ ਉਹਨੂੰ ਆ ਕਾ ਬੂੜ ਪਟ ਪਟਾਕ ਦਿੱਤੀਆਂ ਨੂੰ ਬਿਲੇ ਲਾਇਆ ਤੁਸੀਂ ਕਿ ਤੁਸੀਂ ਸ਼ੁਰੂ ਤੋਂ ਨਰਸਰੀਆਂ ਦਾ ਕੰਮ ਕਰ ਰਹੇ ਹੋ ਤੁਸੀਂ ਇੰਟਰਵਿਊ ਤੋਂ ਪਹਿਲਾਂ ਦੱਸਿਆ ਗਿਆ ਸੀ ਤੁਸੀਂ ਖੇਤਾਂ ਜਾ ਕੇ ਕਮਾਦ ਵਗੈਰਾ ਵੀ ਛਿੱਲ ਕੇ ਤੇ ਆਪਦਾ ਟਾਈਮ ਪਾਸ ਕਰੀਦਾ ਧਾੜੀ ਮਿਹਨਤ ਕਰਕੇ ਅਸੀਂ ਤੇ ਇਹ ਦੱਸੋ ਤੁਹਾਡੇ ਜਿਹੜੇ ਆਪਣੀ ਬਰਾਦਰੀ ਦੇ ਆਲੇ ਖਾਨਾ ਲੋਕ ਹੈਗੇ ਨੇ ਉਹਨਾਂ ਨੇ ਕੋਈ ਤਵੱਜ ਨਹੀਂ ਦਿੱਤੀ ਕਿ ਤੁਹਾਡਾ ਕੋਈ ਤਵੱਜ ਨਹੀਂ ਸੰਡੀ ਤੇ ਮੈਂ ਝੂਠ ਨਹੀਂ ਮੈਂ ਬੋਲਣਾ ਕੋਈ ਨਹੀਂ ਆਪਦਾ ਕੀਤਾ ਤਾਂ ਆਪਦਾ ਖਾਦਾ ਅਸੀਂ ਮਿਹਨਤ ਕਰਕੇ ਖਾਂਦੇ ਰਹੇ ਤੇ ਕਿਸੇ ਕੋਲ ਅਸੀਂ ਪੈਸਾ ਨਹੀਂ ਲਿਆ ਤੇ ਬੱਚਿਆਂ ਜਿਹਦੇ ਜਿਹੜੇ ਬੱਚੇ ਛੋਟੇ ਹੈਗੇ ਸਨ ਟੋੜੇ ਜਦੋਂ ਅਚਾਨਕ ਕੰਨਿਆਂ ਦੇ ਬੋਝ ਪਾਇਆ ਗਿਆ ਔਰ ਕਾਰ ਵਿੱਚ ਲਾਣਾ ਹੈ ਬੱਚਿਆਂ ਦੀ ਤਰਬੀਅਤ ਵੀ ਕਰਨੀ ਹੈ ਵੇ ਸਕੂਲ ਵੀ ਭੇਜਣਾ ਹੈ ਉਹ ਸਾਰੇ ਕਿਵੇਂ ਮਾਮਲੇ ਤੁਸੀਂ ਮਸਲ ਨੇ ਖੋੜਾ ਨਾ ਪਰ ਬੱਚੇ ਤੇ ਬੱਚੀਆਂ ਪੜੀਆਂ ਕਰਾਨ ਹੈ ਤੇ ਉਹਨਾਂ ਨੇ ਕਿਆ ਨਹੀਂ ਕਰਨੀ ਸ਼ਾਦੀ ਸੁਦਾ ਕਰ ਦਿੱਤਾ ਅਗਲੇ ਘਰ ਘਰ ਕਿਸੇ ਨੂੰ ਸ਼ਾਇਦ ਦਿੱਤੀ ਕਿਸੇ ਨੂੰ ਨਹੀਂ ਦਿੱਤੀ ਐਵੇਂ ਝੂਠ ਨਹੀਂ ਮਾਰ ਮਸਲ ਨੇ ਕਿ ਉਹਨਾਂ ਨੂੰ جہੀਜ਼ ਵਗੈਰਾ ਤੁਸੀਂ ਦਿੱਤਾ ਨਹੀਂ ਥੋੜਾ ਥੋੜਾ ਦਿੱਤਾ 2 20 ਤਰੇ 2 2 ਮੰਡੀਆਂ ਹਾਂ ਅੱਛਾ ਤੇ ਜਿਹੜੀ ਆਪਣੇ ਬਰਾਦਰੀ ਹੈ ਅਸੀਂ ਉਹਨਾਂ ਨੇ ਕੋਈ ਨਹੀਂ ਤੁਹਾਡੀ ਹੈਲਪ ਕੀਤੀ ਹੈ ਬਸ ਕੋਈ ਨਹੀਂ ਕੀਤੀ ਸਾਡੀ ਵਾਲ ਬਸ ਤਾਂ ਆਪ ਦਾ ਹੀ ਕੀਤਾ ਸਾਡਾ ਹੀ ਖਰਦਾ ਅਸੀਂ ਕਿਸੇ ਦੀ ਹੱਲ ਨਹੀਂ ਕੀਤੀ ਸਾਨੂੰ ਕਿਸੇ ਨੂੰ ਕੁਝ ਦਿੱਤਾ ਅੱਛਾ ਤੇ ਇਸ ਟਾਈਮ ਤੁਹਾਡੇ ਬੇਟੇ ਕਿੰਨੇ ਹਨ ਤਿੰਨ ਬੇਟੇ ਨੇ ਆਪੋ ਆਦ ਕਰਾਂ 12 ਆਲੇ ਨੇ ਠੀਕ ਹੈ ਹਾਂ ਤੇ ਮੈਂ ਵਖਰੀ ਆ ਆਪ ਦੀ ਅੱਛਾ ਤੇ ਸਾਰੀ ਜ਼ਿੰਦਗੀ ਇਹ ਜਿਹੜਾ ਤੁਸੀਂ ਕਮਾਇਆ ਆਪਣੇ ਬੱਚਿਆਂ ਨੂੰ ਵੀ ਪਾਲਿਆ ਇਹ ਵਕਤ ਕਿਹੋ ਜਿਹਾ ਗੁਜ਼ਰਿਆ ਤੁਹਾਡੇ ਮੈਂ ਅੱਲਾ ਫਿਰ ਕਿਵੇਂ ਹੋਂ ਗੁਜ਼ਰਦਾ ਪਿਓ ਮੈਂਵੇਂ ਗੁਜ਼ਰਦਾ ਸੀ ਕਿਸੇ ਦਾ ਲਿੜਾ ਨਹੀਂ ਤੇ ਕਿਸੇ ਦਾ ਕੁਛ ਨਹੀਂ ਤੇ ਕਿਸੇ ਦਾ ਕੁਛ ਨਹੀਂ ਹੈ ਇਹੋ ਟਾਈਮ ਕਿਵੇਂ ਹੁਣ ਗੁਜ਼ਰਦਾ ਪਏ ਮੈਂ ਅੱਗੇ ਗੁਜ਼ਰਦਾ ਰਿਹਾ ਹੈ ਹੈ ਯਾਨੀ ਕਿ ਬੱਚੇ ਵੀ ਕਹਿੰਦੇ ਹੁਣ ਜਦੋਂ Eid ਆਣੀ ਸ਼ਬਰਾਤ ਆਣੀ ਕੱਪੜੇ ਤੋਂ ਬੱਚੇ ਵੀ ਤੰਗ ਕਰਦੇ ਹੁੰਦੇ ਸੀ ਤੁਸੀਂ ਇੱਕ ਔਰਤ ਹੋ ਕੇ ਮਾਂ ਬਣ ਕੇ ਉਹ ਬੱਚਿਆਂ ਨੂੰ ਪਾਲਿਆ ਹੈਗਾ ਵੇ ਇਸ ਤਰ੍ਹਾਂ ਮਸਲਨ ਕਿ ਕਿਹੜੀ ਕਿਹੜੀ ਜ਼ਰੂਰਤ ਤੁਸੀਂ ਆਪਣੇ ਬੱਚਿਆਂ ਦੀ ਪੂਰੀ ਕੀਤੀ ਤੇ ਨਾਲ ਉਹਨਾਂ ਦੇ ਅਥਰੂ ਵੀ ਪੁੰਝੇ ਹੋਣੇ ਨੇ ਕਿ ਜਿਹੜੀ ਚੀਜ਼ ਜ਼ਰੂਰਤ ਨਹੀਂ ਪੂਰੀ ਹੋਈ ਉਹਨਾਂ ਕਿ ਯਤੀਮ ਹੋ ਗਏ ਹਨ ਤੇ ਕਿਸੇ ਕੋਲ ਧਾਰ ਲਾਇ ਲੈਣਾ ਕਿਸੇ ਫਿਰ ਪਿੱਛੋਂ ਕਮਾ ਕੇ ਤੇ ਫਿਰ ਦੇ ਦੇਣਾ ਬੱਚਿਆਂ ਵੀ ਮੈਨੂੰ ਇਹ ਰੋਣਾ ਆਦਾ ਗੱਲਾਂ ਕਰ ਤੇ ਜਿੰਨੇ ਮੈਂ ਪਾਲੇ ਨਾ ਦੇ ਬੱਚੇ ਮੈਨੂੰ ਪਤਾ ਧਾਰ ਲੈ ਆਹ ਧਾਰ ਲੈ ਲੈਣ ਮੀਨਣ ਕਮਾ ਕੇ ਤੇ ਦੇ ਦੇ ਦਿੱਤੇ ਸਾਰੀ ਉਮਰ ਦਿਹਾੜੀਆਂ ਮਿਹਨਤਾਂ ਕਰਕੇ ਮੈਂ ਇਹਦੇ ਬਲਾਦ ਬਿਲੇ ਲਾਈ ਆ ਹਾਂ ਐਵੇਂ ਲਾਈ ਬਿਲੇ ਹਾਂ ਅੱਛਾ ਤੇ ਜਿਹੜਾ ਤੁਹਾਡੇ ਖਾਮਦ ਫੋਟ ਹੋ ਗਏ ਸੀ ਬਾਪਾ ਦੇ ਬਿਮਾਰ ਹੈਗੇ ਸੀ ਜਾਂ ਨਹੀਂ ਸ਼ੁਕਰ ਸੀ ਬਾਵਾ 2 ਸਾਲ ਮੰਜੀ ਦੀ ਪਿਆਰ ਆ ਜੇ ਫੜ ਫੜਾ ਕੇ ਦਿਹਾੜੀ ਮੈਂ ਇੰਦਕਾਰ ਪੈਸਾ ਲੱਭਾ ਤੇ ਦਵਾ ਕਰਾ ਲਈ ਜੇ ਨਹੀਂ ਨਾ ਲੱਭਾ ਤੇ ਅਦਕਾਰ ਬੈਠੇ ਰਹੇ ਅਸੀਂ ਕਿਸੇ ਕੋਲ ਨਹੀਂ ਉਹਦੀ ਮਾਈ ਹੈਗੀ ਸੀ ਉਹ ਦੇ ਦੂ ਜਾਂਦੀ ਅਸੀਂ ਕਿਸੇ ਕੋਲ ਨਹੀਂ ਅੱਛਾ ਤੇ ਜਰਾ ਇਹ ਵੀ ਦੱਸੋ ਸਾਡੇ ਨਾਜ਼ਰੀਨ ਨੂੰ ਕਿ ਜਿਹੜਾ ਤੁਸੀਂ ਮਸਲਨ ਕਿ ਕੰਮ ਕਰ ਰਹੇ ਹੈਗੇ ਹੋ ساری ਉਮਰ ਕੰਮ ਕੀਤੀ ਆਪਣਾ ذاتی ਘਾਟਿਕ ਕਰਨੀ ਬਣ ਪਾਇਆ ਹੈਗਾ ਵੇ ਖਾਮਨ ਤੋਂ ਬਿਨਾ ਇੱਕ ਔਰਤ ਦੀ ਜ਼ਿੰਦਗੀ ਕਿਸ ਤਰ੍ਹਾਂ ਹੁੰਦੀ ਹੈ ਬੱਚੇ ਵੀ ਪਾਲਨੇ ਨੇ ਇਹੋ ਕੋਸ਼ੇਗਾ ਦਿਹਾੜੀ ਮਿਹਨਤ ਜਿਵੇਂ ਦਿਹਾੜੀ ਮਿਹਨਤ ਕਰ ਤੇਰੇ ਨਾਲ ਬੋਲ ਤੇ ਅਸੀਂ ਦਿਹਾੜੀ ਆ ਕੇ ਮਾਵਾਂ ਪੈਣਾ ਹੈਗੀਆਂ ਨੇ ਇਹ ਕਮਾਸ਼ਿਲਨ ਚੱਲਿਆ ਜਾਣਾ ਦਿਹਾੜੀ ਕਾਰ ਆਉਣੀ ਕਿਤੋਂ ਵੇਨਾ ਕਾ ਬੂਟ ਪਾਟ ਲੈਣਾ ਉਹ ਦਿਹਾੜੀ ਕਾਰ ਕੋ ਬੇਟਾ ਖਾਣਾ ਆ ਗੱਲ ਇਸ ਦਾ ਆਪਾਸ अच्छा तो नाजरीन ख रहे नाजरी ना ना ना? ना इस वक्त ये एक कराये की घर में रिश वजीर है ये अकेली रहती है इनको किराया भी देना पड़ता है अगर की मौत पर हजरात इनकी दादरा करना चाहते हैं तो नीचे कमेंट सेक्शन में आप हमें जरूर बताएं हम आपका पैगाम और आपका मैसेज इन तक जरूर पहुंचाएंगे हमा जी इस चाहोगे जोतों तुम देख रहे हैं इस उम्र चडेरिया औरत है ने कुछ कहना चाहोगे नहीं। हिम्मत नहीं हारनी या इस तरह का कुछ पैगाम देना चाहोगे नहीं नहीं हिम्मत को हारनी है मैं झूठ नहीं बोलना अहम तरीन कॉन्टेंट अब एक क्लिक की दूरी पर आपके पसंदीदा हकीकत पर मबनी स्टोरीज़ बिजनेस फार्मिंग इंटरव्यूज से बाखबर रहने के लिए सब्सक्राइब करें आपका अपना यूट्यूब चैनल देखो पाकिस्तान